ਹਾਂਜੀ ਦੋਸਤੋ, ਸਰਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੂੜੀ ਦੇ ਰੇਟ ਦੇ ਨਾਲ ਸੰਬੰਧਿਤ ਤਾਜ਼ਾ ਅਪਡੇਟ। ਪੰਜਾਬ ਦੇ ਵੱਖ ਵੱਖ ਏਰੀਆ ਦੇ ਵਿੱਚ ਤੂੜੀ ਦਾ ਰੇਟ ਕਿਸ ਤਰ੍ਹਾਂ ਚੱਲ ਰਿਹਾ, ਉਸ ਦੇ ਸੰਬੰਧਿਤ ਅੱਜ ਦੀ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਪਟਿਆਲਾ ਏਰੀਏ ਦੀ, ਤਾਂ ਪਟਿਆਲਾ ਏਰੀਏ ਦੇ ਵਿੱਚ ਜੋ ਕਿ ਤੂੜੀ ਦਾ ਰੇਟ 450 ਤੋਂ ਲੈ ਕੇ 500 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚੱਲ ਰਿਹਾ, ਜਦਕਿ ਜਲੰਧਰ ਏਰੀਏ ਵਿੱਚ 650 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚੱਲ ਰਿਹਾ। ਸੰਗਰੂਰ ਏਰੀਏ ਵਿੱਚ ਜੋ ਕਿ 500 ਤੋਂ ਲੈ ਕੇ 550 ਰੁਪਏ, ਇਸ ਤੋਂ ਇਲਾਵਾ ਲੁਧਿਆਣਾ ਏਰੀਏ ਵਿੱਚ 500 ਤੋਂ ਲੈ ਕੇ 600 ਰੁਪਏ, ਜਦਕਿ ਬਠਿੰਡਾ ਏਰੀਏ ਵਿੱਚ 600 ਤੋਂ ਲੈ ਕੇ 700 ਰੁਪਏ, ਬਰਨਾਲਾ ਏਰੀਏ ਵਿੱਚ ਜੋ ਕਿ 450 ਤੋਂ ਲੈ ਕੇ 600 ਰੁਪਏ ਦੇ ਲਗਭਗ ਤੂੜੀ ਦਾ ਰੇਟ ਚੱਲ ਰਿਹਾ। ਇਸ ਤੋਂ ਇਲਾਵਾ ਮਾਨਸਾ ਏਰੀਏ ਦੇ ਵਿੱਚ 550 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ, ਜਦਕਿ ਤਲਵੰਡੀ ਸਾਬੋ ਏਰੀਏ ਦੇ ਵਿੱਚ ਜੋ ਕਿ 500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜੋ ਕਿ ਤੂੜੀ ਦਾ ਰੇਟ ਚੱਲ ਰਿਹਾ। ਸਰਦੂਲਗੜ੍ਹ ਏਰੀਏ ਦੇ ਵਿੱਚ ਜੋ ਕਿ 500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ, ਸਿਰਸਾ ਮੰਡੀ ਹਰਿਆਣੇ ਦੇ ਵਿੱਚ 600 ਰੁਪਏ ਪ੍ਰਤੀ ਕੁਇੰਟਲ, ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਮੋਹਾਲੀ ਏਰੀਏ ਦੀ, ਤਾਂ ਮੋਹਾਲੀ ਏਰੀਏ ਦੇ ਵਿੱਚ ਜੋ ਕਿ 700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੂੜੀ ਦਾ ਰੇਟ ਚੱਲ ਰਿਹਾ। ਮੋਗਾ ਏਰੀਏ ਵਿੱਚ 600 ਰੁਪਏ, ਕਪੂਰਥਲੇ ਏਰੀਏ ਵਿੱਚ 500 ਤੋਂ ਲੈ ਕੇ 600 ਰੁਪਏ ਪ੍ਰਤੀ ਕੁਇੰਟਲ, ਸੁਨਾਮ ਏਰੀਏ ਵਿੱਚ 600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜੋ ਕਿ ਤੂੜੀ ਦਾ ਰੇਟ ਚੱਲ ਰਿਹਾ। ਸੋ ਕੁੱਲ ਮਿਲਾ ਕੇ ਪੰਜਾਬ ਦੇ ਪਿੰਡਾਂ ਵਾਲੇ ਏਰੀਏ ਦੇ ਵਿੱਚ 400 ਤੋਂ ਲੈ ਕੇ 500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜੋ ਕਿ ਤੂੜੀ ਦਾ ਰੇਟ ਚੱਲ ਰਿਹਾ, ਜਦਕਿ ਸ਼ਹਿਰੀ ਇਲਾਕਿਆਂ ਦੇ ਵਿੱਚ ਜੋ ਕਿ 450 ਤੋਂ ਲੈ ਕੇ 600 650 ਅਤੇ ਲਗਭਗ ਜੋ ਕਿ ਤੂੜੀ ਦਾ ਰੇਟ ਚੱਲ ਰਿਹਾ। ਸੋ ਦੋਸਤੋ, ਇਹ ਸੀ ਜਾਣਕਾਰੀ ਪੰਜਾਬ ਦੇ ਵੱਖ ਵੱਖ ਏਰੀਆ ਦੇ ਵਿੱਚ ਤੂੜੀ ਦੇ ਰੇਟ ਦੇ ਨਾਲ ਸੰਬੰਧਿਤ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ। ਮਿਲਾਂਗੇ ਅਗਲੀ ਵੀਡੀਓ 'ਚ ਫਿਰ ਤੋਂ ਤਾਜ਼ਾ ਜਾਣਕਾਰੀ ਲੈ ਕੇ। ਤਦ ਤੱਕ ਲਈ ਧੰਨਵਾਦ ਜੀ।